ਇਸ ਸਥਾਨ ਤੇ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਹੀ ਸੰਗਤਾਂ ਇੱਥੇ ਆਉਂਦੀਆਂ ਦਰਸ਼ਨ ਕਰਦੀਆਂ ਔਰ ਅਰਦਾਸਾਂ ਕਰਦੀਆਂ ਸ਼ਹੀਦਾਂ ਦੇ ਚਰਨਾਂ ਵਿੱਚ। ਇਹ ਬਾਬੇ ਸ਼ਹੀਦੋ ਸਿੰਘੋ ਮਹਾਂਪੁਰਖੋ ਕਿਰਪਾ ਕਰੋ, ਸਾਨੂੰ ਪਰਿਵਾਰਾਂ ਵਿੱਚ ਸੁੱਖ ਬਖਸ਼ੋ, ਸਾਨੂੰ ਪਰਿਵਾਰਾਂ ਦੀਆਂ ਤਰੱਕੀਆਂ ਬਖਸ਼ੋ, ਸਾਡੇ ਮਨ ਦੇ ਮਨੋਰਥ ਪੂਰੇ ਕਰੋ ਅਤੇ ਸ਼ਹੀਦਾਂ ਦੀ ਬਰਕਤ ਉਹਨਾਂ ਦੀ ਕਿਰਪਾ ਨਾਲ ਹਰ ਇੱਕ ਦੇ ਮਨੋਰਥ ਇੱਥੇ ਵੀ ਪੂਰੇ ਹੁੰਦੇ ਆ, ਜਿੱਥੇ ਜਿੱਥੇ ਵੀ ਸ਼ਹੀਦਾਂ ਦੇ ਅਸਥਾਨ ਹੈ। ਆਪਾਂ ਤਾਂ ਐਵੇਂ ਹੀ ਸਾਧ ਸੰਗਤ ਜੀ ਕਈ ਵਾਰੀ ਦੇ ਧਾਰੀਆਂ ਦੇ ਵੀ ਮਗਰ ਲੱਗ ਜਾਂਦੇ ਹਾਂ ਔਰ ਕੱਚੇ ਪਿੱਲਿਆਂ ਦੇ ਵੀ ਮਗਰ ਲੱਗ ਲੱਗ ਕੇ ਐਵੇਂ ਉਹਨਾਂ ਦੇ ਅੱਗੇ ਹੱਥ ਜੋੜੀਦੇ ਹੈ। ਸਾਡੇ ਕੋਲ ਤਾਂ ਐਡੀ ਵੱਡੀ ਸ਼ਕਤੀ ਦੇ ਸੋਮੇ ਹੈ, ਇੰਨੀ ਸ਼ਕਤੀ ਦੇ ਸੋਮੇ ਸਾਡੇ ਕੋਲ ਤਾਂ ਸ਼ਕਤੀ ਦੇ ਸਮੁੰਦਰ ਹੈ। ਸਮੁੰਦਰ ਸੱਚਖੰਡ ਹਰਿਮੰਦਰ ਸਾਹਿਬ ਸ਼ਕਤੀਆਂ ਦਾ ਸਮੁੰਦਰ ਹੈ, ਜੋ ਮਰਜ਼ੀ ਉੱਥੋਂ ਜਾ ਕੇ ਮੰਗ ਲਓ। ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨਾਂ ਤੋਂ ਜੋ ਮਰਜ਼ੀ ਜਾ ਕੇ ਦਾਤ ਮੰਗ ਲਓ, ਉਹ ਦਾਤਾਂ ਤੁਹਾਡੀ ਝੋਲੀ ਵਿੱਚ ਪੈਣਗੀਆਂ। ਨੌਵੇਂ ਗੁਰਦੇਵ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਜਾ ਕੇ ਜੋ ਵੀ ਅਰਦਾਸ ਕਰੋ, ਮਹਾਰਾਜ ਤੁਰੰਤ ਪੂਰੀ ਕਰਦੇ ਹੈ। ਦਿੱਲੀ ਦੀਆਂ ਸੰਗਤਾਂ ਦਾ ਇਹ ਵਿਸ਼ਵਾਸ ਹੈ, ਮੈਂ ਕਈ ਵਾਰੀ ਸੁਣਿਆ, ਜਦੋਂ ਵੀ ਮੈਂ ਦਿੱਲੀ ਵਿਖੇ ਗਿਆ ਉੱਥੋਂ ਦੀ ਸੰਗਤ ਇੱਕ ਗੱਲ ਕਹਿੰਦੀ ਹੈ ਕਿ ਤੰਦਰੁਸਤੀ ਮੰਗਣੀ ਹੈ ਤਾਂ ਅੱਠਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬੰਗਲਾ ਸਾਹਿਬ ਜਾ ਕੇ ਅਰਦਾਸ ਕਰਾਓ, ਉੱਥੋਂ ਤੰਦਰੁਸਤੀਆਂ ਅਤੇ ਸਾਰੇ ਸੁੱਖ ਮਿਲਦੇ ਹੈ। ਕਹਿੰਦੇ ਜੇ ਧਨ ਮੰਗਣਾ, ਦੁਨੀਆਂ ਦੀਆਂ ਦੌਲਤਾਂ ਪ੍ਰਾਪਤ ਕਰਨੀਆਂ ਤਾਂ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਕੇ ਮੱਥਾ ਟੇਕ ਕੇ ਅਰਦਾਸ ਕਰੋ। ਨੌਵੇਂ ਪਾਤਸ਼ਾਹ ਜੀ ਬਾਬਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ, ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਜਿਹੜੇ ਨੌਵੇਂ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੈ ਨਾ, ਉਹਨਾਂ ਦੇ ਘਰਾਂ ਵਿੱਚ ਤਾਂ ਨੌ ਨਿਧੀਆਂ 18 ਸਿੱਧੀਆਂ ਦੌੜ ਦੌੜ ਕੇ ਆਉਂਦੀਆਂ। ਅਸਨ ਬਸਨ ਪੂ ਕਨਕ ਪੁੰਨ ਦਾਸੀ ਚੌਪ ਗੁਲਾਮ ਰਥਵਾਹੇ ਹੰਡਵਾਹੇ ਜਾਨੀਆਂ ਜੇ ਨਵ ਨਿਧ ਕੇ ਨਾਮ। ਇਹ ਸਾਰੀਆਂ ਸਿੱਧੀਆਂ ਉਹਨਾਂ ਦੇ ਘਰ ਵਿੱਚ ਆ ਜਾਂਦੀਆਂ ਜਿਹੜਾ ਮੇਰੇ ਸਤਿਗੁਰਾਂ ਦੇ ਦਰ ਤੋਂ ਜਾ ਕੇ ਕੋਈ ਅਰਦਾਸ ਕਰਕੇ ਦਾਤ ਮੰਗਦਾ। ਤੁਹਾਡੇ ਕੋਲ ਤਾਂ ਸ਼ਕਤੀਆਂ ਦੇ ਸਮੁੰਦਰ ਹੈ, ਐਵੇਂ ਨਾ ਭਟਕਿਆ ਕਰੋ ਥਾਂ ਪੁਰ ਥਾਂ ਜਾ ਕੇ, ਸ਼ਹੀਦਾਂ ਕੋਲੋਂ ਦਾਤਾਂ ਮੰਗ ਲਿਆ ਕਰੋ। ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦਾ ਸ਼ਹੀਦੀ ਅਸਥਾਨ ਹੈ, ਜੂਨ 84 ਦੇ ਸ਼ਹੀਦਾਂ ਦਾ ਅਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਾਵਨ ਪ੍ਰਕਰਮਾਂ ਵਿੱਚ ਸੁਭਾਇਮਾਨ ਹੋਇਆ, ਉੱਥੋਂ ਮੰਗ ਲਿਆ ਕਰੋ। ਹਰ ਮਨੋਰਥ ਸ਼ਹੀਦ ਪੂਰਾ ਕਰ ਦਿੰਦੇ ਹੈ। ਦਸਮ ਪਿਤਾ ਜੀ ਨੂੰ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਸ ਮਾਤ ਲੋਕ ਦੀ ਧਰਤੀ ਦੇ ਵਿੱਚ ਜਾਂ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਸ਼ਹੀਦਾਂ ਦਾ ਕੀ ਰੁਤਬਾ, ਸ਼ਹੀਦਾਂ ਦੀ ਕੀ ਪਦਵੀ ਹੈ। ਕਲਗੀਧਰ ਪਾਤਸ਼ਾਹ ਜੀ ਨੇ ਬਾ ਕਮਾਲ ਉੱਤਰ ਦਿੱਤਾ ਸੀ, ਕਹਿਣ ਲੱਗੇ ਗੁਰਸਿੱਖੋ 33 ਕਰੋੜ ਦੇਵੀ ਦੇਵਤੇ ਜਿੰਨੇ ਵੀ ਹੈ
ਇਸ ਮਾਤ ਲੋਕ ਦੀ ਧਰਤੀ ਦੇ ਉੱਤੇ ਜਿੰਨੇ ਵੀ ਰਿਸ਼ੀ ਮੁਨੀ ਤਪੱਸਵੀ ਹੋਏ ਹੈ ਜਾਂ ਹਨ, ਸਾਰਿਆਂ ਨਾਲੋਂ ਸ਼੍ਰੋਮਣੀ ਪਦਵੀ ਅਤੇ ਉੱਚਾ ਰੁਤਬਾ ਸ਼ਹੀਦਾਂ ਦਾ ਹੈ। ਜੋ ਵੀ ਸ਼ਹੀਦਾਂ ਕੋਲੇ ਸਿੱਖ ਅਰਦਾਸ ਕਰੇਗਾ, ਮਨੋਰਥ ਕਰੇਗਾ, ਜੋ ਸ਼ਹੀਦਾਂ ਦੇ ਦਰ 'ਤੇ ਜਾ ਕੇ ਤਨ ਮਨ ਧਨ ਕਰਕੇ ਸੇਵਾ ਕਰੇਗਾ, ਸ਼ਹੀਦ ਉਹਨਾਂ ਦੇ ਮਨੋਰਥ ਤੁਰੰਤ ਪੂਰੇ ਕਰਨ ਦੀ ਸ਼ਕਤੀ ਰੱਖਦੇ ਹੈ। ਸ਼ਹੀਦਾਂ ਪਾਸ ਇੰਨੀਆਂ ਸ਼ਕਤੀਆਂ ਹਨ, ਇੰਨੀਆਂ ਬਰਕਤਾਂ ਦੇ ਖਜ਼ਾਨੇ ਹਨ,